ਵਾਹ 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 ਵਾਹ। ਕੋਈ ਇਸ ਰਿਸ਼ੀ ਨੂੰ ਹਟਾ ਸਕਦਾ, ਰੋਕ ਸਕਦਾ? ਸ਼ਿਵਜੀ ਭੋਲੇ ਨਾਰਾਇਣ ਨੇ ਆਖਿਆ, ਆਗਿਆ ਦਿਓ, ਮੈਂ ਹਟਾ ਸਕਦਾ। ਤੋ ਸ਼ਿਵ ਭੋਲੇ ਨਾਰਾਇਣ ਆ ਪਹੁੰਚੇ। ਮੰਕਣ ਰਿਸ਼ੀ, ਕਿਉਂ ਦੁਨੀਆ ਨੱਚਣ ਲਾ ਦਿੱਤੀ? ਮਸਤੀ ਚੜ ਜਾਂਦੀ ਹੈ, ਉਹ ਅਸੀਂ ਮਸਤੀ ਵੀ ਕਹਿੰਦੇ, ਪੋਸਤ ਭੰਗ ਅਫੀਮ ਮਦ ਉਤਰ ਜਾਏ ਪ੍ਰਵਾਤ, ਨਾਮ ਖੁਮਾਰੀ ਨਾਨਕਾ ਚੜੀ ਰਹੇ। ਖੁਮਾਰੀ ਹੋਰ ਹੈ, ਨੱਚਣਾ ਹੋਰ ਹੈ, ਖੁਮਾਰੀ 'ਚ ਖੁਸ਼ੀਆਂ 'ਚ ਨੱਚਦੇ ਨੇ। ਕੋਈ ਰੋਕ ਸਕਦਾ? ਕੋਈ ਰੋਕ ਸਕਦਾ? ਉਹਨੇ ਆਵਾਜ਼ ਦਿੱਤੀ ਸ਼ਿਵਜੀ ਭੋਲੇ ਨਾਰਾਇਣ ਨੇ, ਸ਼ਿਵ ਲਓ ਨਾ ਤਪਸ਼ਿਆਦ। ਮੈਂ ਹੋਰ ਰਿਸ਼ੀ ਦਾ ਵੀ ਨਾਂ ਲਉ, ਕਿਉਂਕਿ ਆਏ ਹੀ ਰਿਸ਼ੀਆਂ ਦੀ ਧਰਤੀ ਵਿੱਚਾਂ। ਜੇ ਤੁਸੀਂ ਵੀ ਆਏ ਹੋ, ਕੋਈ ਲਾਹਾ ਖੱਟ ਕੇ ਜਾਇਓ। ਜੇ ਆਏ ਹੋ ਨਾ, ਇੰਨੇ ਕਿਰਾਏ ਵੀ ਪੱਟੇ, ਹੈਰਾਨ ਵੀ ਹੋਏ, ਮੁਸ਼ਕਲਾਂ ਨਾਲ ਪਹੁੰਚੇ ਹੋ ਇਸ ਧਰਤੀ 'ਤੇ, ਕੁਛ ਲੈਣ ਆਇਓ ਕੀ? ਗਾਹਾਂ ਧਰਤੀ ਮੇਰੇ ਵਾਸਤੇ ਰੁਕ ਗਈ ਸੀ, ਪੰਜਾਬ ਦੇ ਵਿੱਚ ਮੈਨੂੰ ਰੁਕ ਗਈ ਸੀ ਧਰਤੀ ਕੋਈ? ਆਪ ਹੀ ਸੋਚਿਓ, ਕੌਣ ਲਿਆਇਆ ਮੈਨੂੰ ਇੱਥੇ? ਕੌਣ ਲਿਆਇਆ ਹੈ? ਸੋਚਣਾ, ਮੈਂ ਵੀ ਸੋਚਦਾ ਆਪਣੇ ਆਪ ਨੂੰ, ਮੈਂ ਕਿਸ ਵਾਸਤੇ ਇਹ ਧਰਤੀ ਵਿੱਚ ਆਇਆ, ਕਿਉਂ ਆਇਆ? ਧਰਤੀ ਮੁੱਕ ਗਈ, ਥੋੜ੍ਹਾ ਸਥਾਨਾਂ ਦਾ ਥੋੜ੍ਹੇ ਸਥਾਨ ਬਣਾਏ ਨੇ। ਮੈਂ ਤਾਂ ਉਹ ਕਈ ਦਫ਼ਾ ਪ੍ਰਮਾਣ ਦਿੰਦਾ ਹੁੰਦਾ ਕਿ ਇੱਕ ਦੁਕਾਨਦਾਰ ਬਜਾਜ ਹੈ, ਮਾਹ ਕੱਪੜਾ ਲੈਣੇ, ਉਹ ਕਿੰਨੀਆਂ ਕਿਸਮਾਂ, ਔਰ ਚਲੋ ਇੱਕ ਕਿਸਮ ਦਾ ਰੰਗ ਅਲਹਿਦਾ ਅਲਹਿਦਾ ਨੇ, ਆਹ ਚੱਕ ਆਹ ਚੱਕ ਆਹ ਚੱਕ ਆਹ ਚੱਕ, ਥਾਨਾਂ ਦੇ ਥਾਨ ਸਿੜ ਦਿੰਦੇ। ਆਖਰ ਉਹਨੂੰ ਜੇ ਤਾਂ ਢੀਠ ਹੋਊ ਤਾਂ ਖਰੀਦਦਾ ਨਹੀਂ, ਬਿਸ਼ਰਮ ਹੋ ਕੇ ਤਾਂ ਖਰੀਦੂ ਗਈ, ਕਹਿੰਦਾ ਨਹੀਂ ਤਾਂ ਇਹਨੂੰ ਇਕੱਠੇ ਕਰਨੇ ਵੀ ਔਖੇ ਹੋ ਜਾਣਗੇ। ਹੁਣ ਮੈਂ ਇੰਨਾ ਕੁਛ ਸਿੱਟੀ ਜਾਂਦਾ ਤੁਹਾਡੇ 'ਤੇ, ਤੁਹਾਡੇ ਮੇਹ 'ਚ ਆਇਆ, ਕੁਛ ਖਰੀਦੋਗੇ ਜਾਂ ਤੁਹਾਡੇ ਮੇਹ 'ਚ ਵੀ ਆਇਆ ਕੋਈ ਕੱਪੜਾ? ਨਹੀਂ ਤਾਂ ਤੁਹਾਨੂੰ ਬਿਸ਼ਰਮ ਹੋ ਕੇ ਖਰੀਦਣਾ ਹੀ ਪਊਗਾ। ਲਾਜ ਇਹ ਸੀ, ਲਾਜ ਨਾ ਮਰੋ, ਮਰਿਆ ਨਹੀਂ ਗਿਆ ਤੇ ਤੋਂ ਲਾਜ ਨਾ ਕਹੋ, ਘਰ ਮੇਰਾ ਅੰਤ ਕੀ ਵਾਰ ਨਹੀਂ। ਪਰ ਗੱਲ ਲਾਜ ਕੁਲਾਜ, ਅੱਛਾ ਇਹ ਜੋ ਧਰਤੀ, ਵਾਹ ਵਾਹ, ਉਸ ਧਰਤੀ 'ਤੇ ਬੋਲ ਸਕਦੇ ਹਾਂ, ਕਿਉਂ ਇੰਨਾ ਧਰਤੀ ਨੂੰ ਸ੍ਰਿਸ਼ਟੀ ਨੂੰ ਵਕਤ ਪਾਇਆ? ਮੰਕ ਰਿਸ਼ੀ ਨੂੰ ਆਵਾਜ਼ ਦਿੱਤੀ ਭੋਲੇ ਨਾਲ, ਕਹਿਣ ਲੱਗਿਆ ਮੈਂ ਇੰਨਾ ਤਪ ਕੀਤਾ, ਮੇਰਾ ਲਾਲੀ ਸੀ, ਹੁਣ ਅਬ ਹਰੇ ਪਾਣੀ ਦੀ ਇਹਦੇ ਪਰ ਮੈਂ ਚੀਰਾ ਦਿੱਤਾ, ਹਰਾ ਪਾਣੀ ਨਿਕਲਿਆ, ਮੈਨੂੰ ਚੌ ਚੜਿਆ ਕਿ ਮੈਂ ਤਪੱਸਿਆ ਬਹੁਤ ਕੀਤੀ ਹੈ। ਕਹਿੰਦੇ ਇਹ ਤਾਂ ਜੇ ਪਾਣੀ ਨਿਕਲਿਆ ਹਰਾ, ਭੋਲੇ ਨਾਰਾਇਣ ਕਹਿਣ ਲੱਗੇ ਇਸ ਕਿਨਾਰੇ ਦੀਆਂ ਅੰਮ੍ਰਿਤ ਕਥਾਵਾਂ ਨੇ,
ਤਰਸੂਲ ਲਿਆ ਜੇ ਇਦੋਂ ਵੱਧ ਦਿਖਾ ਦੀਏ। ਉਹਨਾਂ ਨੇ ਹਥੇੜੀ ਨੂੰ ਇੱਥੇ ਚੀਰਾ ਤਰਸੂਲ ਨਾਲ ਦਿੱਤਾ, ਉਹਦੇ ਵਿੱਚੋਂ ਰਾਖ ਕੱਢ ਦਿੱਤੀ। ਜਿਹੜੇ ਰਾਖ ਬਣੇ ਪਏ ਹੋਣ ਉਹ ਨਹੀਂ ਨੱਚ ਸਕਦੇ। ਹੁਣ ਤਾਂ ਟਿਕੇਗਾ, ਕਹਿੰਦੇ ਹਾਂ ਹੁਣ ਮੈਂ ਟਿਕ ਜਾਊਂਗਾ। ਇਹ ਧਰਤੀ ਕਿਹਦੀ ਹੈ? ਸੋ ਸਥਾਨ ਬਤਾਵੋ ਮੀਤਾ, ਇਹ ਮਹਾਨ ਤਪੱਸ਼ੀਆਂ ਦੀ ਹੈ। ਇੱਥੇ ਭਗਵਾਨ ਨੇ ਖੁਦ, ਜਿਹਨਾਂ ਬਾਰੇ ਮੈਂ, ਚਲੋ ਫਿਰ ਸਹੀ, ਹੁਣ ਮੈਂ ਭਗਵਾਨ ਦੇ ਬਾਰੇ ਇੱਕ ਦੋ ਵਚਨ ਨੇ, ਚਲੋ ਪਿਆਰ ਦੇ ਕਰਦਾ। ਸਮਾਂ ਆ ਵੀ ਭੰਡਾਰਾ ਹੀ ਲੱਗਿਆ ਹੋਇਆ, ਇਹ ਭਗਤੀ ਦਾ ਭੰਡਾਰਾ ਹੈ, ਕੀਰਤਨ ਭਗਤੀ ਦਾ ਭੰਡਾਰਾ ਹੈ। ਭੰਡਾਰੇ ਕਿੰਨੇ ਹੋ ਰਹੇ ਨੇ? ਕਿਸੇ ਰਿਸ਼ੀ ਨੇ ਤਪੱਸਿਆ ਕੀਤੀ ਹੈ, ਆਹ ਰੰਗ ਜਿਹੜਾ ਚੜ੍ਹਿਆ ਹੋਇਆ, ਆ ਜਿਹੜਾ ਚੜ੍ਹਿਆ ਭਗਤੀ ਦਾ ਰੰਗ ਚੜ੍ਹਿਆ, ਕਿਸੇ ਰਿਸ਼ੀ ਨੇ ਤਪੱਸਿਆ ਕੀਤੀ। ਬਾਬਾ ਕਿਸੇ ਰਿਸ਼ੀ ਨੇ ਤਪੱਸਿਆ ਕੀਤੀ ਹੈ ਧਰਤੀ ਨੂੰ, ਰਿਸ਼ੀ ਨੇ ਤਪੱਸਿਆ ਕੀਤੀ ਹੈ ਮਹਾਨ ਰਿਸ਼ੀ 88,000 ਵਰਸ ਬ੍ਰਹਮਾ ਜੀ ਨੇ ਤਪ ਕੀਤਾ। ਸੋਚੀਏ ਜਰਾ, 88,000 ਵਰਸ। ਹੁਣ ਹੈ ਕੋਈ ਤਪਸ਼ੀ? ਆਪ ਵੀ ਸੋਚਿਓ ਜਰਾ, ਇੰਨੀ ਅਵਸਥਾ ਬਣ ਜਾਣੀ। 88,000 ਵਰਸ ਮਾਰਕੰਡਾ ਰਿਸ਼ੀ ਛੱਡ ਕੇ ਹੀ ਆਇਓ ਸ਼ਾਹਬਾਦ, ਜੇ ਇੱਧਰ ਦੀ ਪਟਿਆਲੇ ਵੱਲ ਦੀ ਆਇਓ ਤਾਂ ਵੀ ਰਾਹ 'ਚ ਆਇਆ ਮਾਰਕੰਡਾ ਰਿਸ਼ੀ। ਇਹ ਰਿਸ਼ੀਆਂ ਦੀ ਅਸੀਂ ਜਾਣਾ ਹੈ ਨਹੀਂ, ਘਰੋਂ ਨਿਕਲਣਾ ਹੈ ਨਹੀਂ, ਬਸ ਤਾਂ ਸਾਨੂੰ ਪਤਾ ਕੀ ਲੱਗੂਗਾ।